लो जी, आ डिस्ट्रीब्यूटर दा ते ओ दा अपने बाल दा बाल दी दिक्कत सीगी। इहदा प्रेशर घट सीगा, बाल दी सैटिंग करवा के लैंदी मिस्त्री तों। इहनू टैट करता आपां, इह आपां टैट दा घरे वी कर सकदे हां, पर अपने कोल मीटर होना जरूरी है। मीटर ते आपां टैट कर सकदे हां क्योंकि सेफ्टी बाल हुंदा। जे आपां 20 क्वांटल लिफ्ट चुकाउणी है ते इहनू 20 ते ही करना पैंदा, फिर 20 चुकूगा नहीं तां 20 क्वांटल सेफ्टी बाल। तां डिस्ट्रीब्यूटर सही सीगा, डिस्ट्रीब्यूटर चैक करा लिया। ਇੱਥੇ ਹੀ ਕਲਾਕਾਰੀ ਸਾਰੀ ਆ, ਉਹਨੇ ਨਾ ਆਹ ਪਾ ਕੇ ਪੇਚਕਸ ਵੱਡਾ ਕਸਤਾ, ਜਿਵੇਂ ਜਿਵੇਂ ਕਸੀ ਗਿਆ ਉਵੇਂ ਉਵੇਂ ਸੂਈ ਵਧਾਈ ਗਿਆ ਮੀਟਰ। ਅੱਛਾ, ਆਪਣਾ ਤਾਂ ਉੱਤੇ ਸੀਗਾ। ਅੱਛਾ, ਉਹ ਕਹਿੰਦਾ ਮੈਂ ਲੀਵਰ ਆ ਕੇ ਆਪ ਸਹੀ ਕਰੂੰਗਾ। ਅੱਛਾ, ਆਏ ਜੀ ਪਲੇਟ, ਡਿਸਟ੍ਰੀਬਿਊਟਰ, ਇੱਕ ਨਟ ਇਹਦੇ ਵਿੱਚ ਦੀ ਲੱਗੂਗਾ। ਇਹਦਾ ਬਾਹਰ ਲਾ, ਮੇਰੀ ਵੀ ਕੰਪਲੀਟ ਬਣਾਉਣੀ। ਲੈ ਜੀ, ਮਿਸਤਰੀ ਦਿਲਬਾਗ ਸਿੰਘ ਹੈ। ਆ ਖੜਾ ਸਵਰਾਜ 735 ਯਾਰ, ਸੀਲ ਲੀਕ ਆ ਉਹਦੇ ਸੱਜੇ ਟਾਇਰ ਦੀ, ਹੈ ਨਾ। ਪੁੱਛਣ ਵਾਲਾ ਉਹਨੂੰ ਯਾਰ, ਨੰਬਰ ਲੈਣਾ ਸੀਗਾ। ਨੰਬਰ ਕਿਹਦੇ ਕੋਲ ਹੋਊਗਾ? ਮੋਗੇ ਵਾਲੇ ਕੋਲ ਹੋਊਗਾ ਨੰਬਰ, ਉਹਨੇ ਫੋਨ ਮਾਰਿਆ ਸੀ ਮੋਗੇ ਵਾਲੇ। ਅੱਛਾ, ਮਾਰੀ ਮੋਗੇ ਨੂੰ ਕੱਢੀ, ਇੱਕ ਵੀਡੀਓ ਬਣਾਈ ਜਾਂਦੀ ਬੰਦਾ ਤਾਂ ਆਪਣਾ ਜਾਣਕਾਰ ਹੈ ਤੁਹਾਡੀ ਦਾ ਬੰਦਾ ਪਹਿਲੀ ਆਪਣੇ। ਲਓ ਜੀ ਪਲੇਟ ਇੱਥੇ ਕਸੀ ਜਾਊਗੀ, ਕਿਉਂਕਿ ਟਾਪੇ ਨੂੰ ਉਹਦਾ ਰੱਖ ਰੱਖਿਆ। ਅਤੇ ਗਰੀਸ ਲਾਜ਼ਮੀ ਲਾਓ, ਇਹਦੇ ਨੂੰ ਸਾਫ਼ ਕਰੋ। ਅੱਛਾ, ਬੜੇ ਪਾਸੇ ਬਣਾਏ ਯਾਰ, ਮੈਂ ਤਾਂ ਹੈਰਾਨ ਹੈਗਾ ਸਪੇਅਰ ਪਾਰਟ ਵਾਲੇ ਭੈਣ 'ਚ। ਅੱਛਾ, 28,000 ਰੁਪਈਆ ਕਿੰਨਾ? 28,000 28 ਉਹਨਾਂ ਨੇ ਬਣਾ ਲਿਆ, ਇਹਨਾਂ ਨੇ 8,000 ਰੁਪਈਆ ਬਣਾ ਲਿਆ। ਰੋਡਰਿੰਗ ਉਹੀ ਤਾਂ ਨਹੀਂ ਰੱਖਦੇ ਕਿਤੇ? ਮੈਂ ਓਕੇ ਰਿਪੋਰਟ ਆ, ਓਕੇ ਰਿਪੋਰਟ ਠੀਕ ਹੋ ਜਾਂਦੀ ਹੈ। ਉਹਨੂੰ ਆਖਿਆ ਵੀ ਸੀ ਮੈਂ ਉਹਦੇ ਰੋਡਰਿੰਗ ਬਦਲ ਦੇਗਾ। ਇਸੇ ਦੇ ਦਾਬ ਰਹਿੰਦੀ ਹੈ ਸਾਰੀ, ਉਹ ਮੋਹਰੇ 'ਚ ਫਸਾ ਇਹਨੂੰ। ਇੱਕ ਮਿੰਟ, ਆ ਦੇਖੋ ਜੀ ਮੋਹਰੇ 'ਚ ਆਊਗਾ ਬਾਲ। ਰੋਡਰਿੰਗ ਹਿੱਲ ਗਿਆ ਨਾ, ਕੋਈ ਗੱਲ ਨਹੀਂ। ਆ ਗਿਆ ਜੀ, ਰੇਤਾ ਡਿੱਗੀ ਜਾਂਦਾ ਵਿੱਚ, ਕੋਈ ਗੱਲ ਨਹੀਂ। ਦੇਖੋ ਜੀ 19 ਨੰਬਰ ਦਾ ਨਟ ਇਹ ਲਿਫਟ ਦੇ ਵਿੱਚ ਜੀ ਦੋ ਹੁੰਦੇ ਆ ਸਿਸਟਮ, ਦੋ ਬਾਲ ਲੱਗੇ ਹੁੰਦੇ, ਇੱਕ ਤਾਂ ਇਹਦਾ ਸਲੀਪ ਦਾ ਬਾਲ ਹੁੰਦਾ, ਇੱਕ ਇਹਦਾ ਡਿਸਟ੍ਰੀਬਿਊਟਰ ਦਾ ਬਾਲ ਹੁੰਦਾ ਪਲੇਟ ਦਾ। ਜੇ ਕਈ ਵਾਰੀ ਬਾਲ ਆ ਜਾਮ ਹੋ ਜੇ, ਆਹ ਬਾਲ ਫਿਰ ਕੰਮ ਕਰਦਾ। ਆਹ ਤਾਂ ਮਤਲਬ ਤਾਂ ਜਗਾੜੇ ਨੇ ਬਾਅਦ 'ਚ ਬਣਾਇਆ ਵਾ, ਲੱਗਿਆ ਬਾਅਦ 'ਚ ਬਣਿਆ, ਲੱਗਿਆ ਨਹੀਂ ਆਇਆ। ਅਤੇ ਕਾਮਯਾਬ ਤਾਂ ਫਿਰ ਵੀ ਨਹੀਂ ਹੋਇਆ ਆਹ, ਰਾੜ ਤਾਂ ਸੀ ਤਾਂ ਨਹੀਂ ਹੋਇਆ। ਤੈਨੂੰ ਕਹਿ ਦਿੰਦੇ ਇਹਨਾਂ ਨੂੰ ਮੋਗੇ ਵਾਲਿਆਂ ਨੂੰ, ਕੱਢ ਦਿੰਦੇ ਹਾਂ ਤਾਂ ਪਾ ਕੇ ਬੋਸ਼ ਜ਼ਰੂਰੀ ਕਦੀ ਲੁੱਟ ਦੱਸ ਕੇ ਲੈ ਕੇ ਕੌਣ ਹੁਣ ਹੋ ਜਾਂਦੇ ਬਾਹਰ ਦੀ। ਕੰਟਰੋਲ ਵਾਲਾ ਪੁਰਜਾ ਕਿਵੇਂ ਕਰੀਏ, ਤਾਂ ਬਦਲ ਲਈ ਗਏ ਆ। ਉਹਦਾ ਨੰਬਰ ਲੈਂਦੇ ਹਾਂ ਨਾ ਬਾਈ ਤੋਂ, ਫਿਰ ਪੁੱਛਦੇ ਹਾਂ ਕੀ ਕਹਿੰਦਾ। ਕਿਉਂਕਿ ਤੇਰੀ ਬਾਈ ਹੁਣ ਤਾਂ ਟਾਪਾ ਚੱਕਿਆ, ਸੀਲ ਪਾਉਣੀ ਹੈ ਤਾਂ ਦੇਖ ਲੈ ਟਾਇਰ ਸੀਲ ਵੀ ਲੀਕ ਹੈ। ਹੁਣ ਟਾਇਰ ਹੀ ਖੋਲ੍ਹਣਾ, ਚੈੱਕ ਲਾਉਣਾ ਮੁਸ਼ਕਿਲ ਆ, ਜਾਂ ਤੇਲ ਕੱਢਣਾ ਪਊਗਾ।
ਤੇਲ ਕੱਢਣ ਦੀ ਲੋੜ ਹੀ ਨਹੀਂ ਹੂੰ ਕੋਈ ਜ਼ਰੂਰਤ ਨਹੀਂ ਤੇਲ ਕੱਢਣ ਦੀ ਤੇਲ ਜਾਂਦਾ ਨਹੀਂ ਪਰੇ ਨਹੀਂ ਜਾਂਦਾ ਮੇਰੇ ਹਿਸਾਬ ਨਾਲ ਜਾਊਗਾ ਨਹੀਂ ਜਾਂਦਾ ਕਿਸੇ ਹਿਸਾਬ ਨਾਲ ਵੀ ਨਹੀਂ ਤੇਲ ਜਾਂਦਾ ਟੂਬ ਲਾਵਾਂਗੇ ਫਿਰ ਤੇ ਡੁੱਲੂਗਾ ਟੂਬ ਦੇ ਲੈਵਲ ਤੱਕ ਤੇਲ ਨਾ ਹੋਊਗਾ ਦੇਖ ਲਾ ਪਹਿਲਾਂ ਦੀ ਚੈੱਕ ਕਰ ਲਾ ਲੈਵਲ ਉੱਠ ਕੇ ਹਾਂ ਥੱਲੇ ਤਾਂ ਹੀ ਹੈ ਤੇਲ ਤਾਂ ਹਾਂ ਦਹੀਂ ਦਾ ਕੰਟਰੋਲ ਨਹੀਂ ਕਰਦਾ ਉਹ ਕਹਿੰਦਾ ਮੈਂ ਆਪੇ ਸੈੱਟ ਕਰ ਦੂੰਗਾ ਜੈਨ ਵੀ ਨਵਾਂ ਪਾਉਣਾ ਪਊਗਾ ਟਾਪੇ ਦਾ ਤੇ ਚੈਨ ਵੀ ਆਖਦੇ ਮੇਰੇ ਭਰਾ ਦਾ ਚੈਨਲ ਉਹ ਵੀ ਵੱਧ ਤੋਂ ਵੱਧ ਸਪੋਰਟ ਕਰੇ ਉਹਨੂੰ ਵੀ ਆਖਦੇ ਆਹ ਤਾਂ ਵੀਡੀਓ ਤੈਨੂੰ ਦੇਣੀ ਹੈ ਜਦੋਂ ਅੱਛਾ ਆ ਵੇਖ ਇਹਦੇ 2 ਸੈਕਿੰਡ ਲੱਗੇ ਆਪਣੇ ਨਾਲ ਇੱਕ ਸੀਗਾ ਚਿਕਨ ਸਿੰਗਲ ਸੀ ਹੂੰ ਇਹ ਡਬਲ ਹੈ ਨਾ ਇਹਦੇ ਵੀ ਨਹੀਂ ਇੰਨਾ ਫਰਕ ਪੈ ਰਿਹਾ ਨਾ ਸੁਣ ਵੀ ਨਹੀਂ